ਪੰਜਾਬੀ ਲੋਖ ਹੋਰ ਕਿਉਂ ਵੋਟ ਪਾਣ ਜਾਸੋ ਨਾ 8 ਤਾਰੀਖ ਜ਼ਰੂਰ ਪਹੁੰਚੋ ਜਿਹੜੇ ਬੰਦੇ ਕਹਿੰਦੇ ਨੇ ਅਸੀਂ ਨਹੀਂ ਵੋਟ ਪਾਣੀ ਅਸਾਂ ਕੋ ਨਹੀਂ ਆਏ ਕੰਮ ਹੁੰਦਾ ਅਸੀਂ ਨਾ ਇਹ ਸਾਲ ਲੈਂਦੇ ਇਸ ਵਿੱਚ ਸਾਡੀ ਵੋਟ ਕਿਹੜਾ ਗਿਣਨ ਜਾਂਦੀ ਉਹ ਵੈਸੇ ਵੀ ਉਹਨਾਂ ਨੇ ਗਾਇਬ ਕਰ ਦੇਣੀ ਹੈ ਤੇ ਥੋੜੀ ਐਫਰਟ ਤਾਂ ਕਰੋ ਨਾ ਜੇ ਕਹਿੰਨ ਉਹਨਾਂ ਨੂੰ ਤਕਲੀਫ ਹੈ ਦਿਓ ਨਾ ਥੋੜੀਆਂ ਤਕਲੀਫਾਂ ਤੁਸੀਂ ਆਪੋਂ ਦੇਖੀਆਂ ਨਾ ਉਹਨਾਂ ਨੂੰ ਵੀ ਤੰਗ ਕਰੋ ਵੋਟ ਪਾਓ 6 ਸੰਗੀਆਂ ਨੂੰ ਹੋਰ ਨਾਲ ਖੜੋ 8 ਨੂੰ ਖੜੋ 9 ਖੜੋ 10 ਖੜੋ ਉਹਨਾਂ ਨੂੰ ਕਿੰਨੀਆਂ ਤੇ ਪਾਉਣ ਨਾ ਇਹ ਤਾਂ ਨਾ ਨਾ ਤੁਸੀਂ ਖੁੱਲ੍ਹ ਤਨੀ ਖੁੱਲ੍ਹ ਦੇ ਦਿੱਤੀ ਐ ਦੂਸਰੀ ਗੱਲ ਇਹ ਐ ਕਿ ਬਾਦ ਵਿੱਚ ਤੁਸੀਂ ਕਿਹੜੀ ਗੱਲ ਕਰਨ ਜੋਇ ਰੈਸੋ ਜੇ ਤੁਸੀਂ ਵੋਟ ਨਾ ਪਾਈ ਹੋਈ ਇੱਕ ਤਾਂ ਜਿਹੜਾ ਮੈਂ ਤੁਸੀਂ ਗੱਲ ਕਰਨ ਜੋਇ ਕੋਨੋਂ ਰਹਿਣ ਲੈ ਕਿਉਂਕਿ ਤੁਸੀਂ ਇਸਾ ਨਾ ਲਵੋ ਤਾਂ ਫਿਰ ਤੁਸੀਂ ਗੱਲ ਕਿਸ ਨੂੰ ਕਰ ਸਕਦੇ ਹੋ ਇਲੈਕਸ਼ਨ ਦੇ ਬਾਰੇ ਵਿੱਚ ਰਿਜ਼ਲਟ ਦੇ ਬਾਰੇ ਵਿੱਚ ਕੁਝ ਵੀ ਨੋ ਕਹਿ ਸਕਦੇ ਜਿਨ੍ਹਾਂ ਨੇ ਵੋਟ ਪਾਈ ਐ ਉਹ ਕਰ ਸਕਦੇ ਜਿਸ ਨੂੰ ਮਰਜ਼ੀ ਗੱਲ ਕਰਨ ਉਹਨਾਂ ਨੇ ਇਸਾ ਤਾਂ ਲਿਆ ਸੀ ਨਾ ਤੁਹਾਡਾ ਮੁਲਕ ਐ ਤੁਹਾਡੀ ਵੋਟ ਐ ਇਸਾ ਲਵੋ ਆਖਰ ਤੇ ਮੈਂ ਇਹ ਗੱਲ ਆਖਾਂ ਕਿ ਜੇ ਤੁਸੀਂ ਬਹੁਤ ਸਾਰੇ ਬੰਦੇ ਇਕੱਠੇ ਕਰਕੇ ਲੈ ਕੇ ਜਾਸੋ ਪੋਲਿੰਗ ਸਟੇਸ਼ਨ ਤੇ ਸਵੇਲੇ ਸਵੇਲੇ ਉਹਨਾਂ ਕੋਲ ਵੋਟ ਪਾਸੋ ਤਾਂ ਬੇਸਾਬੇ ਨੰਬਰ ਹੋਸਣ ਵੋਟਾਂ ਦੇ ਇਤਨੀ ਤਕਲੀਫ ਜਿਹੜੀ ਹੈ ਨਾ ਉਹ ਸੀ ਜਿਹੜੇ ਗਿਣਨ ਵਾਲੇ ਹੋਸਣ ਤੇ ਜਿਹੜੇ ਅੱਗੇ ਪਿੱਛੇ ਹੋਸਣ ਨਾ ਭੈੜੇ ਬੰਦੇ ਉਹਨਾਂ ਨੂੰ ਵੀ ਪਤਾ ਲੱਗ ਜਾ ਸੀ ਮਾਰੋ ਪੀਟੀਆਈ ਦੇ ਬੰਦੇ ਤਾਂ ਬਹੁਤ ਸਾਰੇ ਨਿਕਲੇ ਐ ਕੀ ਹੋ ਗਿਆ ਵਾ ਇਤਨੀ ਤਕਲੀਫ ਤਾਂ ਉਹਨਾਂ ਨੂੰ ਦੇ ਦਿਓ ਨਾ ਰਲ ਮਿਲ ਕੇ ਸਾਰਾ ਕੰਮ ਕਰੋ ਆਪਣਾ ਸੀ ਐਨ ਆਈ ਸੀ ਨੰਬਰ ਸ਼ਨਾਖਤੀ ਕਾਰਡ ਨੰਬਰ 8300 ਵਿੱਚ ਪਾਓ ਆਪਣੇ ਪੋਲਿੰਗ ਸਟੇਸ਼ਨ ਦਾ ਪਤਾ ਲਓ ਆਪਣੇ ਹਲਕੇ ਦਾ ਪਤਾ ਲਓ ਰੋਜ਼ ਇਹ ਕੰਮ ਕਰੋ ਇੱਕੋ ਵਾਰੀ ਨਹੀਂ ਕਰਨਾ ਕਿਉਂਕਿ ਉਹ ਪੋਲਿੰਗ ਸਟੇਸ਼ਨ ਵੀ ਜਿਹੜਾ ਬਦਲੀ ਕਰ ਛੋੜਦੇ ਨੇ ਛੋੜਨਾ ਨਹੀਂ ਕਿਸੇ ਹੋਰ ਦਾ ਨਹੀਂ ਇਹ ਕੰਮ ਛੋੜਨਾ ਇਹ ਤੁਹਾਡਾ ਕੰਮ ਹੈ ਠੀਕ ਹੈ ਤੁਹਾਡੀ ਬਹੁਤ ਮਿਹਰਬਾਨੀ ਅਲਾ ਹਫਿਜ਼